ਕੋਟ ਸ਼ਮੀਰ ਦੇ ਵਿੱਚ ਜਿਹੜਾ ਨੈਸ਼ਨਲ ਹਾਈਵੇ 'ਤੇ ਧਰਨਾ ਲੋਕੀ ਨੇ ਲਗਾਇਆ ਸੀ ਦੋਸ਼ੀ ਦਾ ਅਰੈਸਟ ਦਾ ਡਿਮਾਂਡ ਕਰਦੇ ਹੋਏ, ਅੱਜ ਜਿਹੜਾ ਹੈ ਪੁਲਿਸ ਵੱਲੋਂ 33 ਅਫਸਰ ਨੂੰ ਚੇਂਜ ਕਰ ਦਿੱਤਾ ਗਿਆ ਹੈ ਔਰ ਉਸੀ ਆਸ਼ਵਾਸਨ 'ਤੇ ਜਿਹੜਾ ਹੈ NS ਤੋਂ ਜਿਹੜਾ ਹੈ ਧਰਨਾ ਲੋਕੀ ਨੇ ਚੱਕ ਦਿੱਤਾ ਹੈ। ਹੁਣ ਉਸਦਾ ਡਿਟੇਲ ਮੇਰੇ ਕੋਲ ਨਹੀਂ ਹੈਗਾ, ਜਦੋਂ ਅਸੀਂ SSP ਸਾਹਮਣੇ ਡਿਸਕਸ ਕਰਾਂਗੇ ਤਾਂ ਹੀ ਪਤਾ ਲੱਗ ਪਾਊਗਾ ਕਿ ਕਿਸ ਹਿਸਾਬ ਦੇ ਕਿਸ ਤਰ੍ਹਾਂ ਦਾ ਲੈਬ ਸੀ ਇਨਵੈਸਟੀਗੇਸ਼ਨ ਦੇ ਵਿੱਚ ਜਾਂ ਕੋਈ ਅਰੈਸਟ ਵਗੈਰਾ ਦੇ ਵਿੱਚ, ਤਾਂ ਕਿ ਲੋਕਾਂ ਨੂੰ ਜਿਹੜਾ ਹੈ ਭਰੋਸਾ ਨਹੀਂ ਹੋ ਰਿਹਾ ਸੀ ਕਿ ਦੋਸ਼ੀ ਲੋਕਾਂ ਨੂੰ ਅਰੈਸਟ ਕੀਤਾ ਜਾ ਸਕੇ। ਤਾਂ ਪੁਲਿਸ ਦੇ ਵਿੱਚ ਕਾਰਵਾਈ ਕਰਦੇ ਹੋਏ ਜਿਹੜਾ ਹੁਣ 33 ਅਫਸਰ ਚੇਂਜ ਕਰ ਦਿੱਤਾ ਹੈ। ਪੁਲਿਸ ਜਿਹੜਾ ਐਕਸਪੈਕਟ ਕਰ ਰਹੀ ਹੈ ਕਿ ਅੱਜ ਜਾਂ ਕੱਲ੍ਹ ਦੇ ਵਿੱਚ ਜਿਹੜਾ ਹੈ ਅਰੈਸਟਿੰਗ ਕਰ ਲਵਾਂਗੇ।